ਤੁਸੀਂ ਇਸ ਟਰੈਕਟਰ ਦੀ ਜਿਹੜੀ ਡੀਜ਼ਲ ਦੀ ਖਪਤ ਹੈਗੀ ਹੈ ਉਹ ਕਿਸੇ ਹੋਰ ਕੰਪੀਟੀਸ਼ਨ ਦੇ ਟਰੈਕਟਰ ਨਾਲ ਵੀ ਕੰਪੇਅਰ ਕੀਤੀ ਹੈ? ਹੋਰ ਕਿਸੇ ਨਾਲ ਨਹੀਂ ਸੀ ਕੰਪੇਅਰ ਕੀਤੀ, ਕਿਉਂਕਿ ਇਹਦੇ ਨਾਲ ਕੰਪੇਅਰ ਕਰਦਾ ਹੀ ਕੋਈ ਨਹੀਂ ਹੈ ਸਾਡੇ ਏਰੀਏ ਦੇ ਵਿੱਚ। ਜੇ ਕਿਸੇ ਨੂੰ ਕਹਿ ਦਈਏ ਇਹਦੇ ਨਾਲ ਕਰਨਾ ਹੈ, ਹਾਂਜੀ, ਉਹ ਕਹਿੰਦਾ ਸੀ। ਮੈਂ ਤੁਹਾਨੂੰ ਮੇਨ ਦੱਸਾਂ ਵੱਡੀ ਐਗਜ਼ਾਮਪਲ, 10 ਫੁੱਟ ਦਾ ਰੋਟਾਵੇਟਰਾਂ ਦਾ, ਹਾਂਜੀ, ਗੇਟ ਦੇ ਬਾਹਰ ਖੜਾ, ਹਾਂਜੀ, ਤੇ ਉਹ ਕੋਈ ਵੀ ਟਰੈਕਟਰ ਵਾਲਾ ਪਾ ਕੇ ਨਹੀਂ ਖੁਸ਼ ਹੈਗਾ। ਅੱਛਾ, ਸਾਨੂੰ ਕਹਿ ਦੇਗਾ ਮੇਰਾ ਦੋ ਇੱਕ ਦੋ ਗੇੜੇ ਮੇਰੇ ਲਾ ਦੇ, ਮੇਰੇ ਕੋਲ ਨਹੀਂ ਚਲਾ। ਉਹਨਾਂ ਕੋਲ 55 HP ਕੈਟਾਗਰੀ ਟਰੈਕਟਰ ਨੇ, ਅੱਛਾ, ਸਾਡੇ ਕੋਲ 50 HP 57 PC, ਅਸੀਂ ਉਹਦੇ ਨਾਲ ਕੱਦੂ ਕਰਦੇ ਪਏ ਹਾਂ, ਹਾਂਜੀ, ਸਾਰੇ ਕੱਦੂ ਉਹਦੇ ਨਾਲ ਕੀਤੇ ਆ, ਹਾਂਜੀ, ਆਰਾਮ ਨਾਲ ਚੱਲਦਾ ਰਿਹਾ, ਸਾਡੀ ਤੇ ਐਵਰੇਜ ਵੀ ਬੜੀ ਦਿੱਤੀ ਉਹਨੇ। ਅੱਛਾ, ਤੇ ਕੋਈ ਵੀ ਟਰੈਕਟਰ ਵਾਲਾ, ਮੈਂ 5245 ਵਾਲਾ, ਸੋਨਾਲੀਕਾ 750 ਵਾਲਾ ਹੋਇਆ, ਹਾਂ, 55 HP ਟਰੈਕਟਰ ਚ ਨੇ, ਹਾਂ, ਤੇ ਉਹ ਕੋਈ ਨਹੀਂ ਖੜਦਾ ਉਹਨੂੰ, ਉਹ ਦੇਖ ਲਓ ਗੇਟ ਦੇ ਬਾਹਰ ਖੜਾ। ਅੱਛਾ, ਹੋਰ ਕੁਝ ਨਹੀਂ ਹੋ ਸਕਦਾ। ਵੈਰੀ ਗੁੱਡ, ਵੈਰੀ ਗੁੱਡ। ਇਹ ਤੁਸੀਂ ਉੱਪਰ ਸਪੀਕਰ ਲਾਏ ਨੇ, ਲਾਈਟਾਂ ਲੂਟਾਂ ਲਾਈਆਂ ਨੇ, ਇਹਦਾ ਇਹ ਕਿਉਂ ਲਾਈਆਂ ਨੇ? ਟਾਵਰ ਸਕੀਮੀ। ਅੱਛਾ, ਪੰਜਾਬੀ ਦਾ ਸਟਾਈਲ ਹੈ। ਬਿਲਕੁਲ ਜੀ, ਠੀਕ ਹੈ ਜੀ, ਫਿਰ ਤਾਂ ਪਛਾਣ ਆਈ ਨਹੀਂ, ਪਛਾਣ ਆ ਜਾਂਦੀ ਹੈ। ਇਹਦੇ ਤੇ ਕਿੰਨਾ ਖਰਚਾ ਕੀਤਾ ਤੁਸੀਂ ਚਲਾਉਣ ਵਾਸਤੇ? 50,000 ਰੁਪਏ। 50,000 ਰੁਪਏ ਵਿਦ ਮਿਊਜ਼ਿਕ ਵਿਦ ਫਾਈਬਰ। ਤੇ ਇਹ ਆਪਣਾ ਵੀਰ ਹੈਗਾ, ਛੋਟਾ ਵੀਰ ਹੈਗਾ ਜੀ, ਬਸ ਵਧੀਆ ਜੀ, ਵਧੀਆ। ਤੇ ਵੀਰੇ ਤੁਹਾਡਾ ਕੀ ਨਾਮ ਹੈਗਾ ਜੀ? ਕਰਨ। ਅੱਛਾ, ਤੂੰ ਹੀ ਹੈਗਾ ਜਿਹੜੇ ਵਟਸਐਪ ਉੱਤੇ ਸਾਡਾ ਖੂਨ ਪੀਂਦਾ? ਨਹੀਂ, ਲੇਕਿਨ ਬਹੁਤ ਵਧੀਆ ਕੀਤਾ, ਬਹੁਤ ਵਧੀਆ। ਸਾਨੂੰ ਇਸ ਟਾਈਪ ਦੇ ਕਸਟਮਰ ਚਾਹੀਦੇ ਨੇ ਜਿਹੜੇ ਸਾਡੇ ਨਾਲ ਬਣੇ ਰਹਿਣ, ਹਾਂਜੀ, ਸਾਨੂੰ ਸੁਣਾਉਣ, ਅਸੀਂ ਉਹਨਾਂ ਦੇ ਸੁਣੀਏ, ਜਿਹੜੇ ਸਾਨੂੰ ਸੇਵਾ ਕਰਨ ਦਾ ਮੌਕਾ ਦੇਣ, ਅਸੀਂ ਉਹਨਾਂ ਦੀ ਸੇਵਾ ਕਰੀਏ। ਠੀਕ ਹੈ ਨਾ? ਸਹੀ ਬਾਤ ਹੈ, ਠੀਕ ਹੈ। ਤੁਹਾਡੇ ਨਾਲ ਜਿਹੜਾ ਡੀਲਰ ਹੈ ਲਖਵਿੰਦਰ, ਹਾਂਜੀ, ਉਹਨੂੰ ਅਸੀਂ ਬੜਾ ਫੋਰਸ ਕੀਤਾ, ਪਿੱਛੇ ਕੋਈ ਛੱਡੀ ਹੈ, ਹਾਂਜੀ, ਉਹਦੀ ਫਿਰ ਅਸੀਂ ਗੱਲ ਕਰਵਾਈ ਉਹਦੇ ਨਾਲ, ਚਰਨਜੀਤ, ਹਾਂਜੀ, ਉਹਦੇ ਨਾਲ ਗੱਲਬਾਤ ਹੋਈ, ਫਿਰ ਜਾ ਕੇ ਦੁਬਾਰਾ ਨੇ ਏਜੰਸੀ ਲੈਣੀ। ਵੈਰੀ ਗੁੱਡ।